ਮਨੂ ਸਾਹਿਬ ਕੱਲ੍ਹ ਜਦੋਂ ਅਸੀਂ ਗੱਲ ਕਰ ਰਹੇ ਸੀ ਉਹਦੇ ਵਿੱਚ ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਸੀ ਉਹਦੇ ਨਾਲ ਹੀ ਇਹ ਗੱਲ ਵੀ ਕਹੀ ਸੀ ਕਿ ਰਿਐਕਸ਼ਨ ਇਹਦਾ ਬਹੁਤ ਜ਼ਿਆਦਾ ਆਊਗਾ ਅਤੇ ਅੱਜ ਉਹ ਰਿਐਕਸ਼ਨ ਆਉਣਾ ਸ਼ੁਰੂ ਹੋ ਗਿਆ ਅਤੇ ਇਹ ਗੱਲਬਾਤ ਹੈਗੀ ਹੈ ਜੋ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਬਾਰੇ ਟਿੱਪਣੀ ਕੀਤੀ ਸੀ ਉਹਨੂੰ ਲੈ ਕੇ। ਬਿਲਕੁਲ ਜੀ, ਵੱਡਾ ਰਿਐਕਸ਼ਨ ਹੋ ਰਿਹਾ। ਚਲੋ, ਸਿਆਸੀ ਪਾਰਟੀਆਂ ਦਾ ਤਾਂ ਕੰਮ ਹੀ ਹੁੰਦਾ, ਵਿਰੋਧੀ ਧਿਰਾਂ ਨੇ ਤਾਂ ਉਸ ਮਾਮਲੇ ਨੂੰ ਚੁੱਕਣਾ। ਕਿਸਾਨਾਂ ਨੇ ਇਹਦੇ ਉੱਤੇ ਬੜਾ ਜਿਹੜਾ ਸਖ਼ਤ ਜਵਾਬ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਇਸ ਬਿਆਨ ਦੇ ਉੱਤੇ ਕਿ ਪੰਜਾਬ ਦਾ ਅਰਥਚਾਰਾ ਡੋਲ ਰਿਹਾ ਅਤੇ ਤੁਸੀਂ ਇੱਥੋਂ ਆਪਣੇ ਮੋਰਚੇ ਚੁੱਕ ਦਿਓ, ਇਹਨੂੰ ਦਿੱਲੀ ਲੈ ਜਾਓ ਜਾਂ ਹਰਿਆਣੇ ਲੈ ਜਾਓ। ਕਿਸਾਨਾਂ ਨੇ ਪੁੱਛਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿ ਤੁਸੀਂ ਦੱਸੋ ਕਿ ਰੇਤ ਮਾਫੀਆ ਹੋ ਗਿਆ, ਸ਼ਰਾਬ ਮਾਫੀਆ ਹੋ ਗਿਆ, ਇਹ ਜਿੰਨੇ ਵੀ ਮਾਫੀਏ ਇੱਥੇ ਪੰਜਾਬ ਦੇ ਵਿੱਚ ਪ੍ਰਚਲਿਤ ਨੇ, ਕੀ ਉਹ ਕਿਸਾਨ ਅੰਦੋਲਨ ਕਰਕੇ ਓਨੇ ਹੀ ਫਲ ਫੁੱਲ ਰਹੇ ਨੇ? ਉਹਨਾਂ ਨੇ ਇਹ ਵੀ ਗੱਲ ਪੁੱਛੀ ਆ ਕਿ ਕੀ ਪੰਜਾਬ ਦਾ ਅਰਥਚਾਰਾ, ਪੰਜਾਬ ਦੇ ਵਿੱਚ ਲੱਗੇ ਟੋਲ ਪਲਾਜਿਆਂ ਅਤੇ ਪੰਜਾਬ ਦੇ ਵਿੱਚ ਲੱਗੇ ਇੱਕ ਕੰਪਨੀ ਦੇ ਪੈਟਰੋਲ ਪੰਪਾਂ ਅਤੇ ਉਹਦੇ ਮਾਲਸ ਦੇ ਨਾਲ ਸਾਰਾ ਜੁੜਿਆ ਹੋਇਆ? ਇਹ ਤਿੱਖੇ ਜਿਹੜੇ ਸਵਾਲ ਸੀਗੇ ਜਦੋਂ ਆਏ, ਅਤੇ ਹੁਣ ਤੋਂ ਕੁਛ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਮੁੜ ਕੇ ਉਹਨਾਂ ਦੇ ਦਫ਼ਤਰ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਸੂਬੇ ਦੇ ਵਿੱਚ ਪ੍ਰਦਰਸ਼ਨਾਂ ਕਰਕੇ ਲੋਕਾਂ ਨੂੰ ਦਰਪੇਸ਼ ਦੁੱਖ ਅਤੇ ਪੀੜ ਨੂੰ ਸਮਝਣ ਦੀ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਵਿਚਾਰਾਂ ਨੂੰ ਸਿਆਸੀ ਰੰਗਤ ਦੇ ਦਿੱਤੀ ਹੈ। ਇਹ ਕਿਹਾ ਕਿ ਸੂਬੇ ਦੇ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਸਰਾਸਰ ਬੇਲੋੜੇ ਨੇ, ਕਿਉਂਕਿ ਉਹਨਾਂ ਦੀ ਸਰਕਾਰ ਕਿਸਾਨਾਂ ਨੂੰ ਪਹਿਲਾਂ ਹੀ ਨਿਰੰਤਰ ਸਮਰਥਨ ਦਿੰਦੀ ਆ ਰਹੀ ਹੈ ਜੀ। ਔਰ ਉਹਨਾਂ ਨੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਆਲੋਚਨਾ ਕੀਤੇ ਜਾਣ ਦੇ ਉੱਤੇ ਆਪਣੀ ਪ੍ਰਤੀਕਿਰਿਆ ਜਿਹੜੀ ਸੀਗੀ ਉਹ ਦਿੱਤੀ, ਇਹ ਕਿਹਾ ਕਿ ਉਹਨਾਂ ਦੀ ਅਪੀਲ ਦੇ ਗਲਤ ਅਰਥ ਜਿਹੜੇ ਉਹ ਕੱਢੇ ਜਾ ਰਹੇ ਆ। ਹੁਣ ਵੱਡਾ ਸਵਾਲ ਇਹ ਵੀ ਉੱਠ ਰਿਹਾ, ਤੁਸੀਂ ਕਹਿੰਦੇ ਹੋ ਕਿ ਇੱਥੇ ਅਸੀਂ ਤਾਂ ਨਿਰੰਤਰ ਸਮਰਥਨ ਦੇ ਰਹੇ ਹਾਂ, ਸਾਢੇ ਚਾਰ ਸਾਲ ਤੋਂ ਤੁਸੀਂ ਗੰਨੇ ਦਾ ਭਾਅ ਨਹੀਂ ਵਧਾਇਆ ਜੀ। ਜੇ ਕਿਸਾਨ ਇੱਥੇ ਹਾਈਵੇ ਨੂੰ ਬਲੌਕ ਨਾ ਕਰਦੇ, ਉਹ ਸੰਘਰਸ਼ ਨਾ ਕਰਦੇ, ਤੇ ਤੁਸੀਂ ਕੀ ਗੰਨੇ ਦਾ ਰੇਟ ਵਧਾ ਦਿੰਦੇ? ਕੀ 4 ਸਾਲਾਂ ਦੇ ਵਿੱਚ ਖੰਡ ਦਾ ਰੇਟ ਨਹੀਂ ਵਧਿਆ? ਕੀ ਕਿਸਾਨਾਂ ਦੇ ਅੰਦੋਲਨ ਕਰਕੇ ਤੁਸੀਂ 4.5 ਸਾਲ ਆਪਣੇ ਘਰ ਦੇ ਅੰਦਰੋਂ ਨਹੀਂ ਨਿਕਲੇ? ਕੀ ਕਿਸਾਨਾਂ ਦੇ ਅੰਦੋਲਨ ਕਰਕੇ ਤੁਸੀਂ ਸਾਰੀ ਵਾਗਡੋਰ ਸਰਕਾਰ ਦੀ ਬਾਬੂਆਂ ਦੇ ਹੱਥ ਫੜਾ ਛੱਡੀ? ਕੀ ਕਿਸਾਨਾਂ ਦੇ ਅੰਦੋਲਨ ਕਰਕੇ ਹਰ ਰੋਜ਼ ਪਟਿਆਲੇ ਦੇ ਵਿੱਚ ਕਿਸੇ ਨਾ ਕਿਸੇ ਇੱਕ ਗਰੁੱਪ ਨੂੰ ਕੁੱਟ ਪੈ ਰਹੀ ਹੁੰਦੀ ਹੈ? ਇਹ ਸਾਰਾ ਕੁਛ ਕਿਸਾਨ ਅੰਦੋਲਨ ਦੀ ਜਿਹੜੀ ਉਹ ਦੇਣ ਹੈ? ਇਹ ਇੱਕ ਤਾਂ ਜਦੋਂ ਬੰਦਾ ਕੋਈ ਸਿਆਸੀ ਬਿਆਨ ਦੇ ਦਿੰਦਾ, ਜੇ ਕਿਸੇ ਟਾਈਮ ਨਿਕਲ ਗਿਆ ਤਾਂ ਉਹਨੂੰ ਦਰੁਸਤ ਕਰ ਲੈਣਾ ਬਿਹਤਰ ਹੁੰਦਾ। ਜਿਹੜਾ ਹੁਣ ਅੱਜ ਬਿਆਨ ਆਇਆ ਜੀ, ਉਹ ਜਸਟੀਫਿਕੇਸ਼ਨ ਹੈ, ਉਹਨੂੰ ਜਸਟੀਫਾਈ ਕੀਤਾ ਜਾ ਰਿਹਾ ਕੱਲ੍ਹ ਵਾਲੇ ਬਿਆਨ ਨੂੰ, ਕਿ ਉਹ ਆਪਣੀ ਗੱਲ ਦੇ ਉੱਤੇ ਅੱਜ ਵੀ ਜਿਹੜਾ ਉਹ ਖੜੇ ਨੇ। ਉਹਨਾਂ ਨੇ ਇਹ ਕਿਹਾ ਕਿ ਮੇਰੀ ਸਰਕਾਰ ਨਾ ਸਿਰਫ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਨਾਲ ਖੜੀ ਆ, ਬਲਕਿ ਕਾਨੂੰਨਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਵਿਧਾਨ ਸਭਾ ਦੇ ਵਿੱਚ ਸੋਧ ਬਿੱਲ ਵੀ ਜਿਹੜੇ ਉਹ ਲਿਆਂਦੇ ਗਏ। ਪਰ ਕਿਸਾਨਾਂ ਦਾ ਗੁੱਸਾ ਜਿਹੜਾ ਉਹ ਜਾਇਜ਼ ਵੀ ਹੈ ਕਿ ਇੱਕ ਪਾਸੇ ਤਾਂ ਬੜੇ ਵੱਡੇ ਵੱਡੇ ਇੱਥੇ ਹੋਰਡਿੰਗਸ ਲੱਗੇ ਹੋਏ ਆ, ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ, ਇਹ ਜਿਹੜੇ ਹੋਰਡਿੰਗਸ ਨੇ ਉਹ ਕੁਛ ਕਹਿੰਦੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰੀ 4.5 ਸਾਲਾਂ ਬਾਅਦ ਇੱਕ ਸਿਆਸੀ ਰੈਲੀ ਦੇ ਵਿੱਚ ਨਿਕਲੇ ਅਤੇ ਹਾ ਭਾਸ਼ਣ ਕਰਕੇ ਆ ਗਏ। ਉਂਝ ਵੀ ਵੈਸੇ ਕਿਸੇ ਚੀਜ਼ ਦੀ ਪ੍ਰੈਕਟਿਸ ਨਾ ਰਹੇ ਅਤੇ ਅਕਸਰ ਬੰਦਾ ਸਿੱਖੀਆਂ ਹੋਈਆਂ ਚੀਜ਼ਾਂ ਭੁੱਲ ਜਾਂਦਾ। ਪਨ ਸਾਹਿਬ, ਇਹ ਦੱਸਿਓ ਹੁਣ ਜਿਹੜੇ ਪੰਜਾਬ ਦੇ ਵਿੱਚ ਸਰਕਾਰੀ ਬੱਸ ਮੁਲਾਜ਼ਮ ਨੇ, ਉਹਨਾਂ ਦੇ ਨਾਲ ਵੀ ਤੁਸੀਂ ਇੱਕ ਦਿਨ ਦੱਸਿਆ ਸੀ ਕਿ ਸਰਕਾਰ ਦੀ ਜੋ ਗੱਲਬਾਤ ਸੀ ਉਹ ਕਿਸੇ ਸਿਰੇ ਚੜ੍ਹ ਨਹੀਂ ਸੀ ਸਕੀ, ਹੜਤਾਲ 'ਤੇ ਸੀਗੇ ਮੁਲਾਜ਼ਮ, ਹੁਣ ਹੜਤਾਲ ਰੋਕ ਦਿੱਤੀ ਗਈ ਹੈ ਜੀ, ਇਹਦਾ ਰੀਜ਼ਨ ਕੀ ਹੈ? ਉਹ ਜਿਹੜੀ ਗੱਲਬਾਤ ਸੀ ਉਹ ਕਿਸੇ ਸਿਰੇ ਲੱਗ ਗਈ ਹੈ ਜਾਂ ਫਿਰ ਕੋਈ ਹੋਰ ਰੀਜ਼ਨ ਹੋਇਆ? ਨਹੀਂ, ਨਾ ਤਾਂ ਸਿਰੇ ਲੱਗੀ ਆ ਅਤੇ ਨਾ ਇਹ ਕਿਹਾ ਜਾ ਸਕਦਾ ਵੀ ਨਹੀਂ ਹੋਈ। ਅੱਜ ਗੱਲਬਾਤ ਹੋਈ ਆ ਉਹਨਾਂ ਦੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਲਾਹਕਾਰ ਨੇ, ਇੱਕ ਵੈਸੇ 19 ਨੇ ਅੱਜ ਕੱਲ੍ਹ ਸਲਾਹਕਾਰ, ਇੱਕ ਨੇ ਜਿਹੜੇ ਉਹਨਾਂ ਦੇ ਵਿੱਚੋਂ ਕੈਪਟਨ ਸੰਦੀਪ ਸੰਧੂ, ਉਹਨਾਂ ਦੇ ਨਾਲ ਗੱਲਬਾਤ ਹੋਈ ਆ ਕੰਟਰੈਕਟ ਕਰਮਚਾਰੀਆਂ ਦੀ। 29 ਸਤੰਬਰ ਤੱਕ ਇਹਨਾਂ ਨੇ ਆਪਣੀ ਹੜਤਾਲ ਟਾਲ ਦਿੱਤੀ। ਅੱਜ ਦੇ ਵਿੱਚ ਪੰਜਾਬ ਰੋਡਵੇਜ਼, ਪਨ ਬੱਸ ਅਤੇ PRTC ਦੇ ਮੁਲਾਜ਼ਮ, ਕੱਚੇ ਜਿਹੜੇ ਮੁਲਾਜ਼ਮ ਨੇ ਉਹ ਸ਼ਾਮਲ ਨੇ। ਸਰਕਾਰ ਨੇ ਉਹਨਾਂ ਦੀ ਤਨਖਾਹ ਦੇ ਵਿੱਚ 30% ਦਾ ਵਾਅਦਾ ਕਰਤਾ ਅਤੇ 5% ਹਰ ਸਾਲ ਵਧਾਇਆ ਜਾਊਗਾ। ਇਸ ਤੋਂ ਇਲਾਵਾ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੂੰ ਪੱਕਿਆਂ ਕਰਨ ਦਾ ਫੈਸਲਾ ਲਿਆ ਜਾਊਗਾ। ਸਰਕਾਰ ਨੇ ਅਜੇ ਲੀਗਲ ਰਾਏ ਕਹਿੰਦੇ ਲੈਣੀ ਆ, ਜਿਹਦੇ ਕਰਕੇ ਜਿਹੜਾ
अजे उन्हां नूं पक्कियां कीता नहीं जा सकता। उंज वैसे हरियाणा रोडवेज अज पंजाब रोडवेज पीआरटीसी दे इन्हां मुलाजमां दे हक दे विच आ गई, उन्हां ने भी दो घंटे तक हरियाणे दे विच सारियां बसां जिहड़ियां ਉਹ ਜਾਮ ਕਰ ਦਿੱਤੀਆਂ। ਯੂਨੀਅਨ ਦੇ ਪ੍ਰਧਾਨ ਨੇ ਇਹ ਗੱਲ ਕਹੀ ਆ ਕਿ ਸਾਡੇ ਤੋਂ 8 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਅਸੀਂ 14 ਦਿਨ ਦਾ ਦੇ ਦਿੱਤਾ ਕਿ 8 ਦਿਨਾਂ ਦਾ ਛੱਡੋ 14 ਦਿਨਾਂ ਦਾ ਦਿੱਤਾ। ਜੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਨਾ ਹੋਇਆ ਤਾਂ 15ਵੇਂ ਦਿਨ ਪੰਜਾਬ ਦੇ ਵਿੱਚ ਮੁੜ ਕੇ ਫਿਰ ਸਾਰੀਆਂ ਬੱਸਾਂ ਦਾ ਚੱਕਾ ਜਾਮ ਹੋ ਜਾਊਗਾ। ਜੀ ਪੰਨੂ ਸਾਹਿਬ, ਅੱਛਾ ਇੱਕ ਹੋਰ ਦੱਸਿਓ, ਇਹ ਵੀ ਫੋਲੋ ਅਪ ਸਟੋਰੀ ਆ, ਪਰ ਇਹ ਫੋਲੋ ਅਪ ਇੰਪੋਰਟੈਂਟ ਆ ਕਿਉਂਕਿ ਜਲਿਆਂਵਾਲਾ ਬਾਗ ਦੇ ਮਾਮਲੇ ਦੇ ਵਿੱਚ ਜਿਹੜਾ ਸੁੰਦਰੀਕਰਨ ਵਾਲਾ ਇਸ਼ੂ ਆ, ਹੁਣ ਉਹਨੂੰ ਲੈ ਕੇ ਜੋ ਬੈਕਲੈਸ਼ ਆ ਉਹ ਹੋਰ ਤਿੱਖੀ ਹੁੰਦੀ ਜਾ ਰਹੀ ਆ, ਅੱਜ ਵੀ ਪ੍ਰਦਰਸ਼ਨ ਹੋਏ ਨੇ, ਇਹਦੇ 'ਚ ਕੀ ਅਪਡੇਟ ਹੈ ਜੀ? ਦੇਖੋ ਇਹ ਡੇ ਬਾਈ ਡੇ ਤਿੱਖਾ ਹੁੰਦਾ ਜਾ ਰਿਹਾ। ਆਪਾਂ ਕੱਲ੍ਹ ਗੱਲ ਕੀਤੀ ਸੀ ਲਕਸ਼ਮੀਕਾਂਤ ਚਾਵਲਾ ਹੋਰਾਂ ਦੀ, ਜੀ ਉਹਨਾਂ ਨੇ ਇਹਦੇ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਸੀਗਾ। ਅੱਜ ਇਸ ਸੁੰਦਰੀਕਰਨ ਦਾ ਵਿਰੋਧ ਹੋਰ ਵੱਧ ਗਿਆ ਲਕਸ਼ਮੀਕਾਂਤ ਚਾਵਲਾ ਤੋਂ ਬਾਅਦ। ਇੱਕ ਤਾਂ ਜਲਿਆਂਵਾਲਾ ਬਾਗ ਫਰੀਡਮ ਫਾਈਟਰਸ ਜਿਹੜੀ ਜਥੇਬੰਦੀ ਆ, ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ, ਕਿਸਾਨ ਸਾਂਝਾ ਮੋਰਚਾ, ਇਹਨਾਂ ਨੇ ਅੱਜ ਇਸ ਸੁੰਦਰੀਕਰਨ ਦੇ ਖਿਲਾਫ ਜਿਹੜਾ ਇੱਥੇ ਇੱਕ ਢਾਬਾ ਪੈਂਦਾ ਨੇੜੇ ਉਹਦੇ ਤੋਂ ਜਲਿਆਂਵਾਲਾ ਬਾਗ ਤੱਕ ਮਾਰਚ ਕੱਢਿਆ। ਭੀੜ ਨੂੰ ਰੋਕਣ ਦੇ ਵਾਸਤੇ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਬੈਰੀਕੇਡ ਲਾਏ ਹੋਏ ਸੀਗੇ। ਇਹਨਾਂ ਨੇ ਇਹ ਗੱਲ ਕਹੀ ਕਿ ਇਹ ਸਾਡੇ ਵਾਸਤੇ ਇੱਕ ਪਵਿੱਤਰ ਜਗ੍ਹਾ ਹੈ ਜਿੱਥੇ ਜਾ ਕੇ ਸਾਡਾ ਸਿਰ ਝੁਕਦਾ, ਨਾ ਕਿ ਇਹ ਕੋਈ ਪਿਕਨਿਕ ਸਪੋਟ ਹੈ। ਉਹਨਾਂ ਆਖਿਆ ਕਿ ਸਰਕਾਰ ਨੇ ਇਹਨੂੰ ਪਿਕਨਿਕ ਸਪੋਟ ਦੇ ਰੂਪ ਦੇ ਵਿੱਚ ਬਦਲ ਦਿੱਤਾ। ਉਹਨਾਂ ਨੇ 11 ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਇਹ ਆ ਕਿ ਜਿਹੜੀ ਗਲੀ ਦੇ ਵਿੱਚੋਂ ਜਨਰਲ ਡਾਇਰ ਦਾਖਲ ਹੋਇਆ ਉੱਥੋਂ ਪੁਤਲੇ ਹਟਾਏ ਜਾਣ ਜਿਹੜੇ ਕਿ ਮੁਸਕਰਾਉਂਦੇ ਨਜ਼ਰ ਆਉਂਦੇ ਨੇ। ਮੈਂ ਪੜ੍ਹ ਰਿਹਾ ਸੀ ਰਾਜ ਸਭਾ ਦੇ ਮੈਂਬਰ ਨੇ ਜੀ ਸ਼ਵੇਤ ਮਲਿਕ ਅੰਮ੍ਰਿਤਸਰ ਤੋਂ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਪੁਤਲੇ ਤਾਂ ਕਰਕੇ ਲਾਏ ਗਏ ਆ ਗਲੀ ਦੇ ਵਿੱਚ ਵੀ ਇਹ ਦੱਸਣ ਦੇ ਵਾਸਤੇ ਕਿ ਇੱਥੇ ਜਲਿਆਂਵਾਲੇ ਬਾਗ ਦੇ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹੋਏ ਸੀ। ਸਵਾਲ ਤੁਸੀਂ ਦੇਖੋ ਇਹਦੇ ਪਿੱਛੇ ਕਿੱਡਾ ਖਤਰਨਾਕ ਹੈ, ਵਰਗ ਦੀ ਗੱਲ ਕਿੱਥੋਂ ਆ ਗਈ? ਜੀ ਉਹ ਤਾਂ ਲੋਕ ਮੁਲਕ ਵਾਸੀ ਸਨ, ਅਣਵੰਡੇ ਮੁਲਕ ਦੇ, ਜਿਹਦੇ 'ਚ ਪਾਕਿਸਤਾਨ, ਬੰਗਲਾਦੇਸ਼, ਭਾਰਤ ਸਾਰੇ ਸ਼ਾਮਲ ਸਨ। ਉੱਥੇ ਵਰਗਾਂ ਵਾਲੀ ਤਾਂ ਗੱਲ ਹੈ ਹੀ ਨਹੀਂ ਸੀ, ਨਾ ਵਰਗ ਵੰਡ ਸੀ ਨਾ ਵਰਣ ਵੰਡ ਸੀ। ਉੱਥੇ ਤਾਂ ਉਹ ਲੋਕ ਆਜ਼ਾਦੀ ਦੇ ਜਿਹੜੇ ਪਰਵਾਨੇ ਸਨ। ਇਹ ਕਿਹਾ ਗਿਆ ਕਿ ਜਿਹੜਾ ਸ਼ਹੀਦੀ ਖੂਹ ਆ ਉਹਨੂੰ ਪੁਰਾਣਾ ਰੂਪ ਦਿੱਤਾ ਜਾਵੇ, ਅਮਰ ਜੋਤੀ ਜਿੱਥੇ ਪੁਰਾਣੀ ਜਗ੍ਹਾ ਸੀ ਉੱਥੇ ਲਾਈ ਜਾਵੇ, ਹੁਣ ਜਿੱਥੇ ਪਹਿਲਾਂ ਵਾਸ਼ਰੂਮ ਹੁੰਦਾ ਸੀਗਾ ਉੱਥੇ ਜਾ ਕੇ ਅਮਰ ਜੋਤੀ ਲਾ ਦਿੱਤੀ ਜੀ। ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਤੀਆਂ ਗਈਆਂ ਜਿਹੜੀਆਂ ਕਿਸੇ ਵੀ ਹਾਲਤ ਦੇ ਵਿੱਚ ਐਕਸੈਪਟ ਨਹੀਂ ਕੀਤੀਆਂ ਜਾ ਸਕਦੀਆਂ। ਇਹ ਵੀ ਕਿਹਾ ਗਿਆ ਕਿ ਪੁਆਇੰਟ ਜਿੱਥੋਂ ਡਾਇਰ ਨੇ ਗੋਲੀਆਂ ਚਲਾਈਆਂ ਸੀਗੀਆਂ ਉੱਥੇ ਦੁਬਾਰਾ ਛੋਟੀ ਬੁਰਜੀ ਬਣਾਈ ਜਾਵੇ ਤਾਂ ਕਿ ਲੋਕ ਜਦੋਂ ਇਸ ਜਗ੍ਹਾ ਨੂੰ ਅੱਗੇ ਵਧਣ ਤਾਂ ਇਹਨੂੰ ਇਸ ਜਗ੍ਹਾ ਨੂੰ ਸਿਜਦਾ ਕੀਤੇ ਤੋਂ ਬਿਨਾਂ ਅੱਗੇ ਨਾ ਵੱਧ ਸਕਣ। ਇਹ ਵੀ ਆਖਿਆ ਗਿਆ ਕਿ ਜਿਹੜੇ ਲਾਈਟ ਐਂਡ ਸਾਊਂਡ ਦੇ ਸ਼ੋਅ ਨੇ ਉਹ ਬੰਦ ਕੀਤੇ ਜਾਣ, ਕਿਉਂਕਿ ਉਹਦੇ ਵਿੱਚ ਜਿਹੜੀਆਂ ਵੱਖੋ ਵੱਖਰੀਆਂ ਤਰੰਗਾਂ ਜਿਹੜੀਆਂ ਦਿਖਾਈਆਂ ਜਾਂਦੀਆਂ ਨੇ, ਕਲਰਫੁੱਲ ਲਾਈਟਾਂ ਦਿਖਾਈਆਂ ਜਾਂਦੀਆਂ ਨੇ, ਉਹ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਸ਼ਹੀਦਾਂ ਦੀ ਸ਼ਹੀਦੀ ਦੇ ਨਾਲ ਮੇਲ ਨਹੀਂ ਖਾਂਦੀਆਂ। ਇਹ ਵੀ ਆਖਿਆ ਗਿਆ ਕਿ ਜਿਹੜੇ ਲੋਕਾਂ ਦੀ ਇੱਥੇ ਜਾਨ ਗਈ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ। ਅੱਜ ਤੱਕ ਸਰਕਾਰ ਦੇ ਰਿਕਾਰਡ ਦੇ ਵਿੱਚ ਉਹਨਾਂ ਨੂੰ ਸ਼ਹੀਦ ਹੀ ਨਹੀਂ ਮੰਨਿਆ ਗਿਆ। ਇਹ ਮੰਗ ਆਪਣੇ ਆਪ ਦੇ ਵਿੱਚ, ਤੁਸੀਂ ਦੇਖੋ 20 ਕਰੋੜ ਰੁਪਈਆ ਕਹਿੰਦੇ ਅਸੀਂ ਉੱਥੇ ਲਾ ਦਿੱਤਾ, ਜੇ ਤੁਸੀਂ ਉਹਨਾਂ ਨੂੰ ਅੱਜ ਤੱਕ ਸ਼ਹੀਦ ਹੀ ਨਹੀਂ ਮੰਨਦੇ ਤੇ ਫਿਰ 20 ਕਰੋੜ ਰੁਪਈਆ ਕਿਸ ਚੀਜ਼ ਦੇ ਉੱਤੇ ਤੁਸੀਂ ਲਗਾ ਰਹੇ ਹੋ? ਪੰਨੂ ਸਾਹਿਬ ਇਹ ਦੱਸਿਓ ਵੀ 2 ਹਫ਼ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੇਖਵਾਂ ਦੇ ਬੇਟੇ ਉਹ ਸ਼ਾਮਲ ਹੋਏ ਸੀ, ਹੁਣ ਉਹਨਾਂ ਨੂੰ ਏਰੀਆ ਇੰਚਾਰਜ ਲਗਾ ਦਿੱਤਾ ਗਿਆ, ਤੇ ਇਹਦੇ ਇਸ ਡਿਵੈਲਪਮੈਂਟ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ? ਜਿਹੜੇ ਹਲਕਾ ਇੰਚਾਰਜ ਲਗਾਏ ਜਾ ਰਹੇ ਆ, ਵੈਸੇ ਹਲਕਾ ਇੰਚਾਰਜ ਪਹਿਲਾਂ ਗੱਠਜੋੜ ਦੇ ਵੇਲੇ ਜ਼ਿਆਦਾ ਚਰਚਿਤ ਹੋਏ ਸੀਗੇ, ਕਿਉਂਕਿ ਹਲਕਾ ਇੰਚਾਰਜ ਉਦੋਂ ਲੋਕਾਂ ਦੀ ਬੋਲੀ ਦੇ ਵਿੱਚ ਹਲਕਾ ਇੰਚਾਰਜ ਬਣ ਗਏ ਸੀ। ਤੋ ਕਾਂਗਰਸ ਨੇ ਆਖਿਆ ਸੀਗਾ ਪਿਛਲੀਆਂ ਚੋਣਾਂ ਦੇ ਦੌਰਾਨ ਕਿ ਅਸੀਂ ਹਲਕਾ ਇੰਚਾਰਜ ਨਹੀਂ ਲਾਉਣੇ, ਉਹ ਵੀ ਹੁਣ ਹਲਕਾ ਇੰਚਾਰਜ ਲਾ ਰਹੇ ਨੇ। ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵੀ ਲਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਹਲਕਾ ਇੰਚਾਰਜ ਹੀ ਉਹਨਾਂ ਦੇ ਕੈਂਡੀਡੇਟ ਨੇ, ਭਾਵ ਕਿ ਵਿਧਾਨ ਸਭਾ ਚੋਣਾਂ ਲੜਨ ਦੇ। 2 ਹਫ਼ਤੇ ਪਹਿਲਾਂ ਸੇਵਾ ਸਿੰਘ ਸੇਖਵਾਂ ਹੋਰਾਂ ਦੇ ਘਰੇ ਉਚੇਚੇ ਤੌਰ ਦੇ ਉੱਤੇ ਗਏ ਸੀਗੇ ਅਰਵਿੰਦ ਕੇਜਰੀਵਾਲ, ਜਿਹੜੇ ਕਿ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ। ਉਦੋਂ ਇਹ ਪਤਾ ਨਹੀਂ ਸੀਗਾ ਅਜੇ ਵੀ ਉਹਨਾਂ ਨੇ ਸ਼ਾਮਲ ਕਰਨਾ ਜਾਂ ਨਹੀਂ, ਜਦੋਂ ਬਾਹਰ ਆ ਕੇ ਫਿਰ ਬੈਠੇ ਤੇ ਸ਼ਾਮਲ ਵੀ ਉਹਨਾਂ ਨੂੰ ਪਾਰਟੀ ਦੇ ਵਿੱਚ ਕਰ ਲਿਆ। ਇੱਕ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ 4 ਕੁ ਦਿਨ ਪਹਿਲਾਂ ਲੰਬਾ ਚੌੜਾ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ
जे कोई मेरे को अहुदा मंगण आउंदा जां कोई चीज़ मंगण आउंदा ते इहदा मतलब उह उहदे वास्ते फिट नहीं उह उहदे वास्ते एलिजिबल नहीं गा। ये कहा कि इन्ना काम करो पार्टी दे वास्ते दिन रात सिर्फ काम करो कि मैं थोड़े को टिकट लैके आवां जां अहुदा लैके आवां भी आ लै फड़ ये अहुदा तेरे वास्ते है। हुण कादियां तो अज जिहड़ी लिस्ट 18 जणियां दी जारी कीती आम आदमी पार्टी ने श्री आनंदपुर साहब तो आत्मनगर बलाचौर बल्लूवाला बस्सी पठाणा कई ने इहदे विच जिहड़ियां टिकटां टिकटां ही ने इह वैसे हलका इंचार्ज नाम है टिकटां ने जिन्नियां भी जारी कीतियां जा रहियां ने। इहदे विच जगरूप सिंह सेखवां दा नाम है जगरूप सिंह सेखवां सेवा सिंह सेखवां होरां दा मुंडा है। सेवा सिंह सेखवां होरी पिछले कुछ समय तो बीमार चल रहे ने गंभीर बीमारी का शिकार दसे जाते ने उन्होंने अपने मुंडे नू अरविंद केजरीवाल नू कह के हलका इंचार्ज लुआपता भाव के टिकट उन्हां नू मिल गई। हुण सवाल तो खड़े होने लाजमी ने जिहड़े सोशल मीडिया से खड़े होण लग गए अखबारां दे विच भड़के खड़े होणगे कि तुसीं लैक्चर बहुत वड्डे वड्डे कीते सीगे सेखवां परिवार की आम आदमी पार्टी के वास्ते केड़ी कॉन्ट्रीब्यूशन है उन्होंने केड़ी देन दिती आ जिहड़ी 15 दिनों के उन्होंने इन्ना काम कर दिता कि अरविंद केजरीवाल हुरी यह हलका इंचार्ज की पोस्ट लैके टिकट लैके उन्होंने घरे चले गए। चले तो उदने गए सी दे तो उदने ही आए थे अनाउंसमेंट जिहड़ी आ वो अज जरूर की आ इहदे उत्ते सवालिया चिन्ह तो लगने लाजमी आ। पिछले दिनों के अरविंद केजरीवाल होर ने जां आम आदमी पार्टी ने पार्टी दे संविधान दे विच भी कुछ अजिहियां तब्दीलियां कीतियां जिहड़ियां कि अरविंद केजरीवाल होरां नूं सूट करदियां ने। पहलां पार्टी दे संविधान दे विच इह शामिल सीगा कि एक परिवार दे विच इक्को टिकट दित्ती जा सकती है उह हुण चेंज कर दित्ता गया एक परिवार दे विच एक तो वध टिकटां भी दित्तियां जा सकदियां ने किन्नियां कोई लिमिट नहीं गी। दूसरा इहदे पार्टी संविधान दे विच शामिल सीगा कि जिहड़ा व्यक्ति दो बार लगातार पार्टी का नैशनल कन्वीनर बन गया वह तीजी बार नहीं बन सकता वह भी मद कढ दित्ती गई उहदे विचों। दो साल लई पहला कन्वीनर बनदा सीगा वह 5 साल के वास्ते कर दिता गया क्योंकि अरविंद केजरीवाल होर ने तीजी बारी चुने जाना सीगा ते 5 साल के वास्ते हुण वह चुने गए अपने वास्ते उन्होंने राह पद्धरा करके सारा कुछ जिहड़ा वह चेंज कर लिया ते जिहड़ा परसों जां चौथ भाषण दिता सीगा उहदे तो बिल्कुल एन उल्ट अकाली दल कई जड़े ने उन्हां दे विचों भौं भू के आए जड़े सेखवां परिवार सीगा उहनूं अज नवाज दित्ता हलका इंचार्ज बना के भाव के कादियां तो टिकट दे के। ते पन्नू साहब एक ब्रीफली ये भी जरूर दस्यो कि बैबल गोली कांड दा जिहड़े शिकार बने सी परिवार उन्होंने फिर किया भी जिहड़ी जांच की गई है उत्तों संतुष्ट नहीं जांच दे उपर सवालिया निशान उन्होंने लगाया इहदे च की वेरवा जी। देखो जिहड़ा इह परिवार ने उह करन तकी करन मैं अकाल तख्त दे जथेदार ने ज्ञानी हरप्रीत सिंह PhD उहनां दी वीडियो हुणे इक पोस्ट कीती आ उह कह रहे ने जिहड़ी आ हुण लेटेस्ट बेअदबी होई आ आनंदपुर साहब दे नेड़े कि उहदे पिछे उह कहिंदे किहड़ियां ताकतां ने पता लाया जावे इहदे पिछे सौदा साध है उह कहिंदे इहदा पता लाया जावे। जथेदार साहब कदी 2015 दे विच होई बेअदबी दा जिक्र नहीं करदे कोटकपुरा दे विच होए गोली कांड दा जिक्र नहीं करदे दो व्यक्ति बैबल कलां दे विच जिन्हां दी मौत हो गई सी पुलिस दी गोली दे नाल उहदा जिक्र नहीं करदे उहनां दे विचों एक कृष्ण भगवान सिंह दे बेटे सुखराज सिंह ने एक वारी फिर जिहड़े साबका DGP सुमेध सैणी नूं हाई कोर्ट दे वल्लों मिली ब्लैंकेट बेल ਉਹ ਵੀ ਬਲੈਂਕਟ ਬੇਲ ਇਹੋ ਜਿਹੀ ਆਪਾਂ ਉਹਦੀ ਡਿਟੇਲ 'ਚ ਗੱਲ ਕਰ ਚੁੱਕੇ ਹਾਂ ਕਿ 2022 ਤੱਕ ਉਹਦੀ ਗ੍ਰਿਫਤਾਰੀ 'ਤੇ ਰੋਕ ਲੱਗ ਚੁੱਕੀ ਆ ਉਹਨੇ ਇਹ ਕਿਹਾ ਕਿ ਸਾਡੇ ਵਾਸਤੇ ਤਾਂ ਇਨਸਾਫ ਦੇ ਰਾਹ ਹੀ ਲਗਭਗ ਬੰਦ ਹੁੰਦੇ ਜਾ ਰਹੇ ਆ ਉਹਨਾਂ ਨੇ ਕਿਹਾ 6 ਸਾਲ ਬੀਤ ਜਾਣ ਤੋਂ ਬਾਅਦ ਹੁਣ ਤਾਂ ਇਨਸਾਫ ਦਾ ਰਾਹ ਕਿਸੇ ਪਾਸੇ ਨਹੀਂ ਦਿੰਦਾ ਉਹ ਕਹਿੰਦੇ ਜਿਹੜਾ ਉਹਨਾਂ ਦਾ ਬੇਟਾ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦਾ ਸੁਖਰਾਜ ਸਿੰਘ ਉਹਦਾ ਇਹ ਕਹਿਣਾ ਕਿ 2015 ਤੋਂ ਪਾਰਟੀਆਂ ਇਹਦੇ ਉੱਤੇ ਰਾਜਨੀਤੀ ਕਰਦੀਆਂ ਤੁਰੀਆਂ ਆ ਰਹੀਆਂ ਨੇ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਇਨਸਾਫ ਵਾਲੇ ਪਾਸੇ ਨੂੰ ਕੋਈ ਵੀ ਧਿਰ ਨਹੀਂ ਤੁਰ ਰਹੀ ਜੀ। ਤੇ ਪੰਨੂ ਸਾਹਿਬ ਅੱਜ ਨਵਾਂ ਕੀ ਹੈ ਜੀ ਕਿ ਛੱਡਦੀ ਅੜੀ ਨਾ ਆ ਜੇ ਸਰਕਾਰ ਵੀ ਆ ਦੱਸਦੀ ਨਹੀਂ ਜਸੂਸੀ ਦਾ ਰਾਜ ਵੀ ਆ ਛੱਡਦੀ ਅੜੀ ਨਾ ਆ ਜੇ ਸਰਕਾਰ ਵੀ ਆ ਦੱਸਦੀ ਨਹੀਂ ਜਸੂਸੀ ਦਾ ਰਾਜ ਵੀ ਆ ਕੀਤਾ ਗਲਤ ਜਾਂ ਦੱਸੋ ਕੀ ਠੀਕ ਕੀਤਾ ਉੱਠਦੀ ਦੇਸ਼ ਦੇ ਵਿੱਚ ਆਵਾਜ਼ ਵੀ ਆ ਵੱਡੀ ਕੋਰਟ ਵੀ ਦੇਸ਼ ਦੀ ਸਖ਼ਤ ਹੋਈ
ਕਰਦੀ ਦਿਸੇ ਨਾ ਕੁਝ ਲਿਹਾਜ਼ ਮੀਆਂ ਮੰਨਦੀ ਨਹੀਂ ਸਰਕਾਰ ਤਾਂ ਵਧੂ ਰੱਫੜ ਮੰਨੀ ਜੇਕਰ ਤਾਂ ਖੁੱਲਣਗੇ ਪਾਜ਼ਮੀਆਂ ਆ ਗਿਆ ਸੱਥ ਦੇ ਵਿੱਚ ਹੈ ਲੋਕਤੰਤਰ ਇੱਧਰ ਲੋਕ ਤੇ ਉੱਧਰ ਸਰਕਾਰ ਮੀਆਂ ਆ ਗਿਆ ਸੱਥ ਦੇ ਵਿੱਚ ਹੈ ਲੋਕਤੰਤਰ ਇੱਧਰ ਲੋਕ ਤੇ ਉੱਧਰ ਸਰਕਾਰ ਮੀਆਂ ਖਿੱਚੋ ਤਾਣ ਦੋਵਾਂ ਵਿੱਚ ਹੋਈ ਜਾਂਦੀ ਨਜ਼ਰਾਂ ਗੱਡੀ ਆ ਬੈਠਾ ਸੰਸਾਰ ਮੀਆਂ ਜੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਕੱਲ ਫੇਰ ਗੱਲ ਕਰਦੇ ਹਾਂ ਜੀ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਥੈਂਕ ਯੂ ਜੀ